ਤੁਹਾਨੂੰ ਲੋੜ ਹੈ ਪਲਾਸਟਿਕ ਦੀ ਬੋਤਲ ਦੀ, ਸਾਈਕਲ ਗੱਜ, ਦੋ ਰਿੰਗ ਚੁੰਬਕ, ਦੋ ਰੰਗਦਾਰ ਟੇਪਾਂ ਨੂੰ ਬੋਤਲ ਨਾਲ ਚਿਪਕਾ ਦਿਓ। ਬੋਤਲ ਦੇ ਢੱਕਣ ਤੋਂ 10 ਸੈਂਟੀਮੀਟਰ ਦੀ ਦੂਰੀ 'ਤੇ ਬੋਤਲ ਨੂੰ ਕੱਟ ਦਿਓ ਅਤੇ ਇੱਕ ਦਰਜਨ ਪੱਤੀਆਂ ਵੀ ਕੱਟ ਲਓ। ਪੱਤੀਆਂ ਨੂੰ ਫਲੈਟ ਕਰ ਦਿਓ। ਹੁਣ ਹਰ ਪੱਤੀ ਦੇ ਟੇਢੇ ਪੰਖ ਬਣਾ ਦਿਓ। ਬੋਤਲ ਦੇ ਢੱਕਣ ਵਿੱਚ ਗਲੀ ਬਣਾਓ ਅਤੇ ਸਾਈਕਲ ਦੇ ਗੱਜ ਦਾ ਨੱਟ ਫਸਾ ਦਿਓ ਅਤੇ ਸਾਈਕਲ ਦਾ ਗੱਜ, ਦੋ ਰੁੜਵੇਂ ਜਾਂ ਰਿੰਗ ਚੁੰਬਕਾਂ ਨੂੰ ਗੱਜ ਉੱਪਰ ਰੱਖ ਦਿਓ। ਹੁਣ ਚੁੰਬਕ ਵਾਲੇ ਪੱਖੇ ਨੂੰ ਕੈਨ ਉੱਪਰ ਰੱਖ ਦਿਓ। ਜਦ ਤੁਸੀਂ ਇਹ ਖਿਡੌਣਾ ਛੱਤ ਉੱਪਰ ਲੱਗੇ ਪੱਖੇ ਥੱਲੇ ਰੱਖੋਗੇ ਤਾਂ ਇਹ ਰੋਟੇਟ ਕਰੇਗਾ ਅਤੇ ਗੋਲ ਗੋਲ ਘੁੰਮੇਗਾ ਅਤੇ ਬਹੁਤ ਖੂਬਸੂਰਤ ਲੱਗੇਗਾ।